ਇੱਕ ਮੁੱਦਾ ਕੈਨੇਡਾ ਦੇ ਵਿੱਚ ਖਤਮ ਨਹੀਂ ਹੁੰਦਾ ਅਤੇ ਦੂਜੇ ਮੁੱਦੇ ਸ਼ੁਰੂ ਹੋ ਜਾਂਦੇ ਆ। ਸੇਮ ਹੁਣ ਇੱਕ ਹੋਰ ਵੱਡੀ ਨਿਊਜ਼ ਨਿਕਲ ਕੇ ਆ ਰਹੀ ਹੈ। ਨਿਊਜ਼ ਤਾਂ ਕਾਫੀ ਟਾਈਮ ਦੀ 22 ਜੂਨ ਤੋਂ ਹੀ ਇਹ ਚੱਲ ਰਹੀ ਹੈ ਅਤੇ ਅੱਜ ਦੀ ਡੇਟ ਦੀ ਆਪਾਂ ਗੱਲ ਕਰੀਏ ਤਾਂ ਅੱਜ 14 ਜੁਲਾਈ ਹੋ ਚੁੱਕਿਆ ਹੈ, ਮਤਲਬ ਕਿ 22 ਜੂਨ ਤੋਂ ਲੈ ਕੇ 14 ਜੁਲਾਈ ਤੱਕ ਰੋਜ਼ ਸਟੂਡੈਂਟ ਪ੍ਰੋਟੈਸਟ ਕਰਦੇ ਆ ਕਿ ਸਾਨੂੰ ਸਾਡਾ ਕੋਈ ਹੱਲ ਕੀਤਾ ਜਾਵੇ। 70,000 ਸਟੂਡੈਂਟ ਡਿਪੋਰਟ ਕਰਨ ਦੀ ਤਿਆਰੀ ਵਿੱਚ ਹੈ ਜੀ ਕੈਨੇਡਾ, ਜਿਸ ਦੀ ਬਹੁਤ ਇੱਕ ਵੱਡੀ ਵਜ੍ਹਾ ਵੀ ਆਪਾਂ ਕਹਿ ਸਕਦੇ ਹਾਂ। ਇਸ ਦੇ ਵਿੱਚ ਆਪਾਂ ਸਟੂਡੈਂਟਸ ਦੀ ਗਲਤੀ ਵੀ ਕੱਢਾਂਗੇ ਅਤੇ ਉਧਰਲੀ ਸਰਕਾਰ ਦੀ ਗਲਤੀ ਵੀ ਆਪਾਂ ਕੱਢ ਸਕਦੇ ਹਾਂ, ਕਿਉਂਕਿ 70,000 ਸਟੂਡੈਂਟ ਦੇ ਵਿੱਚ 50,000 ਦੇ ਨੇੜੇ ਤੇੜੇ ਆਪਣਾ ਪੰਜਾਬੀ ਭੈਣ ਭਰਾ ਹੈ ਜਿਨ੍ਹਾਂ ਨੂੰ ਰੋਜ਼ ਪ੍ਰੋਟੈਸਟ ਕਰਦੇ ਆ ਆਪਣਾ ਵਰਕ ਪਰਮਿਟ ਵਧਾਉਣ ਵਾਸਤੇ, ਕਿਉਂਕਿ ਜਦੋਂ ਆਪਾਂ ਸਟੱਡੀ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਨੂੰ ਵਰਕ ਪਰਮਿਟ ਮਿਲਦਾ, ਪਰ ਉਸ ਵਰਕ ਪਰਮਿਟ ਦੇ ਨਾਲ ਨਾਲ ਆਪਾਂ ਆਪਣੀ PR ਵੀ ਅਪਲਾਈ ਕਰ ਸਕਦੇ ਹਾਂ, ਪਰ ਆਪਾਂ ਇਹ ਗਲਤੀ ਕਰ ਦਿੰਦੇ ਹਾਂ ਕਿਉਂਕਿ ਆਪਣਾ CRS ਸਕੋਰ ਹੈ ਜੋ ਉਹ ਪੂਰਾ ਨਹੀਂ ਹੋ ਪਾਉਂਦਾ। ਇਸ ਲਈ ਜਦੋਂ ਵੀ ਤੁਸੀਂ ਕੈਨੇਡਾ ਦੇ ਵਿੱਚ ਜਾਓ, ਆਪਣੀ ਪੜ੍ਹਾਈ ਪੂਰੀ ਕਰ ਰਹੇ ਹੋ ਪਲੱਸ ਤੁਸੀਂ ਵਰਕ ਵੀਜ਼ੇ 'ਤੇ ਚੱਲ ਰਹੇ ਹੋ, ਤਾਂ ਆਪਣਾ ਕੋਸ਼ਿਸ਼ ਕਰੋ CRS ਸਕੋਰ ਨੂੰ ਕੰਪਲੀਟ ਕਰਨ ਦੀ, ਕਿਉਂਕਿ ਜੇਕਰ ਤੁਸੀਂ CRS ਸਕੋਰ ਜਿਸ ਦੇ ਜ਼ਰੀਏ ਹੀ ਆਪਾਂ ਨੂੰ PR ਮਿਲਣੀ ਹੈ, ਪਤਾ ਹੀ ਹੈ ਕਿ ਜੇਕਰ ਮੈਂ ਪਾਣੀ ਪੀਊਂਗਾ ਤਾਂ ਹੀ ਮੈਂ ਬਚ ਸਕਦਾ, ਜੇ ਮੈਂ ਪਾਣੀ ਨਹੀਂ ਪੀਊਂਗਾ ਤਾਂ ਮੈਂ ਨਹੀਂ ਬਚ ਸਕਦਾ। ਸੇਮ CRS ਸਕੋਰ ਵੀ ਇੱਕ ਪਾਣੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ, ਜੇਕਰ ਆਪਾਂ ਕੋਲ ਵਧੀਆ ਹੋਵੇਗਾ ਤਾਂ ਹੀ ਆਪਾਂ ਕੈਨੇਡਾ ਦੇ ਵਿੱਚ PR ਲੈ ਸਕਦੇ ਹਾਂ। ਹੁਣ 70,000 ਸਟੂਡੈਂਟ ਦਾ ਜੋ ਵਰਕ ਪਰਮਿਟ ਹੈ ਕਲੀਅਰ ਹੋ ਜਾਵੇਗਾ 2024-2025 ਦੇ ਵਿੱਚ, ਉਹ 2024-2025 ਤੱਕ ਜਿਨ੍ਹਾਂ ਦਾ ਵਰਕ ਪਰਮਿਟ ਹੈ ਕਲੀਅਰ ਹੋ ਜਾਵੇਗਾ, ਮਤਲਬ ਕਿ ਖਤਮ ਹੋ ਜਾਵੇਗਾ, ਉਹਨਾਂ ਵਾਸਤੇ ਹਜੇ ਤੱਕ ਕੈਨੇਡਾ ਸਰਕਾਰ ਨੇ ਕੋਈ ਵੀ ਹੱਲ ਨਹੀਂ ਕੱਢਿਆ। ਉਹਨਾਂ ਨੂੰ ਨਾ ਤਾਂ ਵਰਕ ਪਰਮਿਟ ਦੀ ਐਕਸਟੈਂਸ਼ਨ ਮਿਲ ਰਹੀ ਹੈ ਕਿ ਤੁਸੀਂ ਅੱਗੇ ਕੰਮ ਕਰ ਸਕਦੇ ਹੋ, ਨਾ ਹੀ ਉਹਨਾਂ ਨੂੰ ਕੋਈ ਹਜੇ ਤੱਕ ਕੋਈ ਇਨਫੋਰਮੇਸ਼ਨ ਜਾਂ ਫਿਰ ਕੋਈ ਉਹਨਾਂ ਦਾ ਸਲੂਸ਼ਨ ਕੱਢਿਆ ਹੋਵੇ, ਕੁਛ ਵੀ ਨਹੀਂ ਕੱਢਿਆ। ਬਸ ਇੱਕ ਚੀਜ਼ ਹੀ ਰਾਈਟ ਨਾਓ ਦਿਖ ਰਹੀ ਹੈ ਸਾਰਿਆਂ ਨੂੰ ਕਿ ਇਹ ਰਿਪੋਰਟ ਕੀਤੇ ਜਾਣਗੇ, ਇਹਨਾਂ ਨੂੰ ਵਾਪਸ ਇੰਡੀਆ ਜਾਣਾ ਪਵੇਗਾ। ਹੁਣ ਇਹ ਦੇਖਣਾ ਬਾਕੀ ਹੈ ਕਿ ਇਹਨਾਂ ਦੇ ਵਿੱਚੋਂ ਹੀ ਬਹੁਤ ਸਾਰੇ ਇਹੋ ਜਿਹੇ ਸਟੂਡੈਂਟ ਆ ਜਿਹੜੇ ਰਿਫਿਊਜ਼ੀ ਲਾ ਰਹੇ ਆ, ਜੇਕਰ ਉਹ ਰਿਫਿਊਜ਼ੀ ਲਾ ਦਿੰਦੇ ਆ ਤਾਂ ਉਹ ਕਦੇ ਵੀ ਕਿਸੇ ਵੀ ਕੰਟਰੀ ਨਹੀਂ ਜਾ ਸਕਦੇ, ਖਾਸ ਕਰਕੇ ਇੰਡੀਆ। ਜੇਕਰ ਉਹ ਇੰਡੀਆ ਤੋਂ ਗਏ ਆ ਅਤੇ ਇੰਡੀਆ ਦੀ ਉੱਥੇ ਜੇਕਰ ਰਿਫਿਊਜ਼ੀ ਲਾਉਂਦੇ ਆ ਕੈਨੇਡਾ 'ਚ, ਤਾਂ ਉਹ ਕਦੇ ਵੀ ਇੰਡੀਆ ਵਾਪਸ ਨਹੀਂ ਆ ਸਕਦੇ ਜਦੋਂ ਤੱਕ ਉਹਨਾਂ ਦਾ ਰਿਫਿਊਜ਼ੀ ਕੇਸ ਕਲੀਅਰ ਨਹੀਂ ਹੁੰਦਾ। ਸੋ ਧਿਆਨ ਨਾਲ ਰੱਖੋ ਆਪਣੇ ਸਾਰੇ ਧਿਆਨ।